अकाली अते कांग्रेसियां विच हुई लड़ाई लड़ाई दा कारण आपसी लैण देण दस्या जा रहा है। मामला है ट्रक यूनियन दा। साबका ट्रक यूनियन जगमीत सिंह भोला अते साबका ट्रक यूनियन दे प्रधान हरजीत सिंह बीटा वल्लों आपस विच हुई भवानीगढ़ दी ट्रक यूनियन विच लड़ाई, जिस विच कई लोग जख्मी हो गए। आपसी लैण देण नूं हो के अकालियां अते कांग्रेसियां दी इह लड़ाई नूं धार्मिक रंगत भी दित्ती जा रही है। एक दूसरे दे उत्ते धार्मिक ककारां दी बेअदबी दे भी आरोप लगाए जा रहे हैं। मेरा हरजीत सिंह बीटा जी साबका प्रधान। यह मसला साढ़ा यह है जी, साढ़ा 1,34,00,000 भोले के नहीं निकलता जी। साढ़े यूनियन का पैसा खा के भाग गया, ऐसे उदो पैसे मांगते हो मूहरे बोलता। इस मसले साड़ी लड़ाई है। हाँ जी, कंप्लेट करी दी जो साल पहले जी सी, पर साढ़े कंप्लेट कोई गौर नहीं हुई जी। ਕਿਰਪਾ ਨਾਲ ਸਾਡੇ ਹਮਲਾ ਕਰਿਆ ਜੀ। ਕਿੰਨੇ ਕੁ ਬੰਦੇ ਸੀ? ਉਹ ਬੰਦੇ ਹੈਗੇ ਸੀ 10 ਕੁ ਬੰਦੇ ਸੀ, 8-10 ਕੁ ਬੰਦੇ ਸੀ। ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਸੀ? ਇਹਦਾ ਮੰਗ ਸਾਡੀ ਕਾਰਵਾਈ ਕਰੀ ਜਾਵੇ, 1,34,00,000 ਦਾ ਖਦਵਾਇਆ ਜਾਵੇ। ਉਸ ਦਾ ਮਸਲਾ 1,34,00,000 ਦਾ ਖਦਵਾ। ਇੱਕ ਸਾਨੂੰ ਲੱਗ ਰਿਹਾ ਵੀ ਟਰੱਕ ਯੂਨੀਅਨ ਦੀ ਜਿਹੜੀ ਚੋਣ ਹੈ ਬਹੁਤ ਨਜ਼ਦੀਕ ਆ ਚੁੱਕੀ ਹੈ, ਕਿ ਫਰਵਰੀ 'ਚ ਹੋ ਚੁੱਕੀ ਹੈ, ਇੱਕ ਮਾਰਚ ਹੋ ਚੁੱਕੀ ਹੈ। ਸਾਨੂੰ ਉਸ ਨਾਲ ਵੀ ਲੱਗਦਾ ਵੀ ਕੋਈ ਇਸ ਲੇਟ ਕਰਕੇ ਤੁਹਾਡੇ ਨਾਲ? ਨਾ ਨਾ ਜੀ, ਅਸੀਂ ਚੋਣ ਕਰਾਵਾਂਗੇ, ਪਰ 1,34,00,000 ਪਹਿਲਾਂ ਲਵਾਂਗੇ। ਸਰ ਅੱਜ ਤੱਕ ਜਿਹੜੇ ਦੂਜੇ ਪ੍ਰਧਾਨ ਨੇ ਉਹਨਾਂ 'ਤੇ ਵੀ ਦੋਸ਼ ਲੱਗਦੇ ਆ ਰਹੇ ਨੇ ਵੀ ਪੈਸੇ ਉਹਨਾਂ ਨੇ ਵੀ ਖਾਧੇ ਨੇ ਜਾਂ ਹੋਰ, ਇਸ ਬਾਰੇ ਕਿਵੇਂ ਸੋਚਦੇ? ਕਿਸੇ ਨੇ ਪੈਸਾ ਨਹੀਂ ਖਾਧਾ ਜੀ, ਅਸੀਂ ਕਹਿੰਦੇ ਕਿਤੋਂ ਨਹੀਂ ਖਾਧੀ ਯੂਨੀਅਨ 'ਚੋਂ, ਪਰ ਇਹ ਲੋਕ ਨੇ ਜਿਹੜੇ ਪ੍ਰਧਾਨ ਸਾਡੇ 1,34,00,000 ਤੱਕ ਖਾਧਾ ਜੀ ਇਹਨੇ, ਅਸੀਂ ਉਹਦੇ ਪੈਸੇ ਲੈ ਕੇ ਰਹਾਂਗੇ। ਉਹ ਬਾਕੀ ਗੱਲਬਾਤ ਉਹ ਤੋਂ ਬਾਅਦ ਕਰਾਂਗੇ। ਸਤਿ ਸ਼੍ਰੀ ਅਕਾਲ ਬਾਈ। ਲੜਾਈ ਹੋਈ, ਉਹਦਾ ਕੀ ਕਾਰਨ ਬਣਿਆ ਤੁਹਾਡਾ ਜੀ? ਉਹਦਾ ਜੀ ਇੱਕ ਸਾਬਕਾ ਮਲਕੀਤ ਸਿੰਘ ਫੌਜੀ ਹੈ ਜੀ, ਉਹਨੇ ਪਰਸੋਂ ਉੱਥੇ ਆਡੀਓ ਪਾ ਦਿੱਤੀ। ਚਲੋ ਆਡੀਓ ਕੋਈ ਗਲਤ ਵੀ ਨਹੀਂ ਸੀ, ਕਿਸੇ ਦੇ ਵਿਰੁੱਧ ਵੀ ਨਹੀਂ ਸੀ। ਉਹਨੇ ਸਾਰੇ ਚਲੋ ਭਾਨੇ ਜਿਹੜੇ ਟਰੱਕ ਯੂਨੀਅਨ ਨੇ ਸੁਣੀ ਆ ਉਹਦੀ ਆਡੀਓ, ਤੇ ਉਹਦੇ ਸੰਬੰਧ ਵਿੱਚ ਨਾ ਤੜਕੇ ਜਦੋਂ ਵੈਸੇ ਮੈਂ ਤਾਂ 10 ਵਜੇ ਪਕਾਰ ਸੁਣਨ ਆਇਆ, ਜਦੋਂ ਆਇਆ ਮੈਂ ਮਤਲਬ ਕਿ ਉਹਨੂੰ ਢਾਹ ਰੱਖਿਆ ਸੀ, ਕੁੱਟ ਰਹੇ ਸੀ ਬੀਟੀ ਨੇ। ਕੌਣ ਕੁੱਟ ਰਹੇ ਸੀ ਉਹਨੂੰ? ਉਹਨੂੰ ਇੱਕ ਹਰਜੀਤ ਬੀਟਾ ਜੀ, ਤੇ ਇੱਕ ਆਪਣਾ ਜੀਤੂਰ ਦਾ ਬੇਟਾ ਰਣਜੀਤੂਰ, ਤੇ ਨਾਲ ਇੱਕ ਉਹਦੀ ਬੀਟੀ ਦਾ ਭਰਾ ਸੀਗਾ, ਚਾਰ ਜਣੇ ਤਿੰਨ ਕੁਛ ਅਣ ਪਛਾਤੇ ਸੀਗੇ ਜੀ। ਤੁਹਾਡੇ ਕੋਈ ਹਸਪਤਾਲ 'ਚ ਤੁਸੀਂ ਦਾਖਲ ਹੋ, ਕੋਈ ਸੱਟ ਸੁੱਟ ਵੱਜੇ ਜਾਂ ਕੀ ਵਜ੍ਹਾ ਰਹੀ? ਜਦੋਂ ਉਹਨੂੰ ਕੁੱਟ ਰਹੇ ਸੀਗੇ ਜੀ, ਮੇਰਾ ਦੋਸਤ ਇੱਕ ਹੋਰ ਬਾਗੇ ਸੁਣਾਉਣ ਉਹਨੂੰ ਕੁੱਟਣ ਲੱਗ ਗਏ ਜੀ, ਤੇ ਉਦੋਂ ਬਾਅਦ 'ਚ ਮੈਂ ਜਦੋਂ ਉਹਨੂੰ ਕੁੱਟਣ ਲੱਗੇ ਮੈਂ ਚਲੇ ਗਿਆ, ਮੈਂ ਹੁਣ ਮੈਂ ਪਿੱਛੇ ਕਿਵੇਂ ਹਟਣਾ ਜੀ? ਤੇ ਜਦੋਂ ਮੈਂ ਗਿਆ ਤਾਂ ਕੁਛ ਬੰਦੇ ਮੈਨੂੰ ਪੈ ਗਏ, ਤੇ ਮੈਂ ਵੀ ਉਹਨਾਂ ਦੇ ਮਾਰਿਆ, ਉਹਨਾਂ ਨੇ ਮੇਰੇ ਵੀ ਮਾਰੀਆਂ ਜੀ, ਤੇ ਉਹਨਾਂ ਨੇ ਮੇਰੀ ਪੱਗ ਨੂੰ ਮੇਰੀ ਪੱਗ ਲਾ ਦਿੱਤੀ ਜੀ, ਤੇ ਮੇਰੀ ਆਹ ਦਾੜੀ ਪੱਟਤੀ ਉਹਨਾਂ ਨੇ। ਅੱਛਾ, ਹਾਂਜੀ ਹਾਂ। ਦਾੜੀ ਨੂੰ ਹੱਥ ਕਿਹਨੇ ਪਾਇਆ ਉਹਨਾਂ 'ਚੋਂ? ਦਾੜੀ ਨੂੰ ਹੱਥ ਰਣਜੀਤ ਤੂਰ ਦੇ ਬੇਟੇ ਨੇ ਪਾਇਆ ਜੀ। ਤਲਵਾਰ ਲੈ ਕੇ ਉੱਥੇ ਇਹਨਾਂ ਨੂੰ ਆਈ ਆਪਣਾ ਸੁਖਜਿੰਦਰ ਬਿੱਟੂ ਹੈ ਜੀ ਆਪਣਾ। ਇੱਕ ਉਹਨਾਂ ਨੇ ਕਿਹਾ ਵੀ ਕਿਰਪਾਨਾ ਵੀ ਭੋਲਾ ਜੀ ਨੇ ਚਲਾਈ ਹੈ ਵੀ ਜਾਂ ਲੈ ਕੇ ਆਏ ਨੇ ਪਹਿਲਾਂ, ਕੋਈ ਮਸਲਾ ਸੀ? ਮੈਂ ਗੁਰਸਿੱਖ ਬੰਦਾ, ਸਾਰਾ ਕੁਛ। ਜੇ ਜਦੋਂ ਕੋਈ ਬੰਦਾ ਮੇਰੇ 'ਤੇ ਆ ਕੇ ਦਾੜੀ ਨੂੰ ਹੱਥ ਪਾ ਲਿਆ, ਕੀ ਕਰੂਗਾ ਬੰਦਾ ਉੱਥੇ? ਗੋਗੀ ਦੇ ਤੁਹਾਡੇ ਜਿਹੜਾ ਨਾਲ ਦਾ ਸਾਥੀ ਕੁੱਟਿਆ ਜਾ ਰਿਹਾ ਸੀ, ਉਹਦਾ ਕਿੰਨਾ ਕੁ ਉਮੀਦ ਹੈ ਸੱਟਾਂ ਸੁੱਟਾਂ ਵੱਜੀ ਨੇ? ਉਹਨੂੰ ਦੇਖੋ ਕਿ ਮੇਰੇ ਆਉਣ ਤੋਂ ਪਹਿਲਾਂ ਕਹਿੰਦੇ ਵੀਰੇ ਪਟਿਆਲੇ ਰੈਫਰ ਕਰਤਾ ਜੀ ਉਹਨੂੰ। ਬੜਾ ਸੀਰੀਅਸ ਮਸਲਾ, ਸੀਰੀਅਸ ਆ ਜੀ। ਹੁਣ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ? ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਇਨਸਾਫ ਮਿਲਣਾ ਚਾਹੀਦਾ ਸਾਨੂੰ। ਉਹਨਾਂ ਦੇ ਵਿੱਚੋਂ ਸਾਡੇ ਕੋਲ 4 ਪੇਸ਼ੈਂਟ ਆਏ ਨੇ, ਠੀਕ ਹੈ, ਜਿਹਨਾਂ ਨੂੰ 5 ਪੇਸ਼ੈਂਟ ਨੂੰ ਅਸੀਂ ਐਡਮਿਟ ਕੀਤਾ। ਸਾਰਿਆਂ ਦੇ ਸੱਟਾਂ ਲੱਗੀਆਂ ਥੋੜ੍ਹੀਆਂ, ਕਿਸੇ ਦੇ ਘੱਟ, ਕਿਸੇ ਦੇ ਜ਼ਿਆਦਾ, ਅਤੇ ਉਸ ਹਿਸਾਬ ਨਾਲ ਉਹਨਾਂ ਨੂੰ ਮਤਲਬ ਉਹਨਾਂ ਦੇ ਪਰਚੇ ਵਗੈਰਾ ਕੱਟ ਗਏ। ਕੋਈ ਬੰਦਾ ਉਹਨੂੰ ਰੈਫਰ ਵੀ ਕਰਿਆ ਜੀ? ਹਾਂ, ਰੈਫਰ ਕਰ ਰਹੇ ਹਾਂ ਉਹਨਾਂ ਦੇ, ਕਿਉਂਕਿ ਕਈਆਂ ਜਿਹਨਾਂ ਦੇ ਸਿਰ 'ਤੇ ਸੱਟ ਹੁੰਦੀ ਹੈ ਫਿਰ ਉਹਨਾਂ ਨੂੰ ਸਾਨੂੰ ਰੈਫਰ ਕਰਨਾ ਪੈਂਦਾ ਸੰਗਰੂਰ ਜਾਂ ਰਜਿੰਦਰਾ ਹੋਸਪਿਟਲ। ਪਹਿਲਾਂ ਵੀ ਕੋਈ ਗੋਗੀ ਨਾਮ ਦਾ ਬੰਦਾ ਵੀ ਰੈਫਰ ਕਰੇ? ਨਹੀਂ, ਉਹ ਤਾਂ ਸਾਡੇ ਉਹਦਾ ਕੋਈ ਆਈਡੀਆ ਨਹੀਂ ਹੈ ਸਾਨੂੰ। ਸਾਡੇ ਕੋਲ ਇਹ ਮਤਲਬ ਜੋ ਇਹਨਾਂ ਦਾ ਸਾਨੂੰ ਦੱਸਿਆ, 10:15 ਦੇ ਕਰੀਬ ਉੱਥੇ ਕੋਈ ਲੜਾਈ ਹੋਈ ਹੈ ਟਰੱਕ ਯੂਨੀਅਨ ਦੇ ਵਿੱਚ, ਜਿਹਦੇ ਕਰਕੇ ਸਾਡੇ ਕੋਲ ਪੇਸ਼ੈਂਟ ਆਏ ਨੇ, ਅਤੇ ਜਿਉਂ ਜਿਉਂ ਪੇਸ਼ੈਂਟ ਸਾਡੇ ਕੋਲ ਆਏ ਨੇ ਉਸ ਹਿਸਾਬ ਨਾਲ ਉਹਨਾਂ ਦੇ ਦੱਸ ਦਿੰਦੇ ਐਮਐਲਸੀ ਵਗੈਰਾ ਤੇ ਗਏ। ਇਹ ਹੁਣ ਇੱਕ ਪੇਸ਼ੈਂਟ ਆਇਆ, ਹਜੇ ਹੁਣੀ ਆ, ਹਜੇ ਮਤਲਬ 15 ਮਿੰਟ ਹੋਏ ਨੇ ਹਜੇ ਪਹੁੰਚੇ ਨੇ,
ਤੇ ਉਹਨਾਂ ਦਾ ਦੇਖਦੇ ਹਾਂ, ਚਲੋ ਸਾਰਾ ਐਗਜ਼ਾਮਿਨ ਵਗੈਰਾ ਕਰਦੇ ਹਾਂ, ਉਹਨਾਂ ਦੀ ਫਾਈਲ ਵਗੈਰਾ ਹਜੇ ਬਣਾਈ ਹੈ, ਅੰਡਰ ਪ੍ਰੋਸੈਸ ਹੈ, ਅਤੇ ਐਗਜ਼ਾਮਿਨ ਵਗੈਰਾ ਕਰਕੇ ਫਿਰ ਆਪਾਂ ਦੇਖਦੇ ਹਾਂ ਕੀ ਹੈ ਚੀਜ਼ ਉਹਦੇ ਵਿੱਚ, ਹੈ ਨਾ। ਮੇਰਾ ਨਾਮ ਹੈਗਾ ਸੁਖਜਿੰਦਰ ਸਿੰਘ ਬਿੱਟੂ, ਪ੍ਰਧਾਨ ਮੌਜੂਦਾ ਟਰੱਕ ਯੂਨੀਅਨ ਭਵਾਨੀਗੜ੍ਹ। ਜਿਹੜਾ ਪਹਿਲਾਂ ਪ੍ਰਧਾਨ ਰਿਹਾ ਉਰੇ ਭੋਲਾ, ਜਗਮੀਤ ਸਿੰਘ ਭੋਲਾ, ਉਹ ਜਿਹੜਾ 88 ਲੱਖ ਦਾ ਹਿਸਾਬ ਦੇ ਗਿਆ ਸੀਗਾ, ਉਦੋਂ ਬਿਨਾਂ ਅਸੀਂ ਉਹਦੇ ਕਿੰਨੀ 1,34,00,000 ਰੁਪਈਆ ਹੋਰ ਕੱਢਤਾ ਸੀਗਾ, ਉਹਦਾ ਉਹ ਹਿਸਾਬ ਨਹੀਂ ਦਿੰਦਾ। ਉਹਦਾ ਮਾਰਾ ਹੀ ਉਹ ਮਤਲਬ ਵਾਰ ਵਾਰ ਲੜਾਈਆਂ ਕਰਦਾ, ਕਿਸੇ ਨੂੰ ਕਹਿੰਦਾ ਆਡੀਓ ਪਾਓ, ਕਿਸੇ ਨੂੰ ਜੇ ਕਰੋ, ਕਿਸੇ ਨੂੰ ਵੋ ਕਰੋ, ਸਾਰੀਆਂ ਇਹ ਜਿਹੜੀਆਂ 1,34,00,000 ਦੇ ਉਹ ਨੇਗੇ। ਅਸੀਂ ਉਦੋਂ ਪਹਿਲਾਂ 1,34,00,000 ਲੈ ਗਏ, ਉਦੋਂ ਬਾਅਦ ਹਿਸਾਬ ਵਾਲੀ ਜਿਹੜੀ ਗੱਲ ਆ ਬਾਅਦ 'ਚ ਕਰਾਂਗੇ। ਦੇਖੋ ਬੜਾ ਮੰਦਭਾਗ ਹੈ, ਪਹਿਲੀ ਗੱਲ ਤਾਂ ਸਾਡੇ ਬਹੁਤ ਹੀ ਜੀ ਸਾਥੀ ਬੀਟਾ ਜੀ ਦੇ ਜਿਹੜੀਆਂ ਸੱਟਾਂ ਵੱਜੀਆਂ ਨੇ, ਕਿਰਪਾਨਾਂ 'ਤੇ ਜਿਹੜੇ ਟਾਂਕੇ ਲੱਗੇ ਨੇ, ਅਤੇ ਇਹ ਜਿਹੜਾ ਇਹੋ ਜਿਹੇ ਗੁੰਡਾਗਰਦੀ ਦਾ ਜਿਹੜਾ ਨੰਗਾ ਨਾਚ ਜਿਹੜੇ ਇਹ ਕਾਂਗਰਸੀ ਕਰਦੇ ਨੇ, ਬੜਾ ਮੰਦਭਾਗ ਹੈ। ਅਤੇ ਜੇ ਇਹਨਾਂ ਨੇ ਕੋਈ ਗੱਲ ਕੀਤੀ ਹੈ, ਪੁੱਛੀ ਹੈ, ਤਾਂ ਜਵਾਬਦੇਹੀ ਹੋਣੀ ਚਾਹੀਦੀ ਹੈ। ਮੈਂ ਪਹਿਲੇ ਦਿਨ ਵੀ ਕਿਹਾ ਸੀ ਕਿ ਯੂਨੀਅਨ ਜਿਹੜੀ ਹੈ, ਪਹਿਲੀ ਤਾਂ ਪੋਲੀਟੀਕਲ ਬੰਦਿਆਂ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਇੱਕ ਯੂਨੀਅਨ ਹੈ, ਟਰੱਕਾਂ ਦਾ ਮਸਲਾ ਹੈ, ਯੂਨੀਅਨ ਦਾ ਮਸਲਾ ਹੈ ਆਪਣਾ, ਅਤੇ ਜਿਹੜੇ ਓਪਰੇਟਰਸ ਨੇ ਉਹਨਾਂ ਦਾ ਮਸਲਾ ਹੈ। ਪਰ ਇਹਦੇ ਜੇ ਕੋਈ ਕਿਸੇ ਬੰਦੇ ਦਾ, ਹਰ ਇੱਕ ਦਾ ਹੱਕ ਬਣਦਾ ਕਿ ਹਿਸਾਬ ਕਿਤਾਬ ਮੰਗਿਆ ਜਾਵੇ, ਹਰ ਇੱਕ ਦਾ ਹੱਕ ਬਣਦਾ ਕਿ ਜਿਹੜਾ ਕੋਈ ਪੈਸੇ ਪੈਸੇ ਦਾ ਹਿਸਾਬ ਦਿੱਤਾ ਜਾਵੇ, ਅਤੇ ਜੇ ਕਿਤੇ ਕੋਈ ਗਲਤੀ ਹੈ ਤਾਂ ਉਹ ਡੈਫੀਨੇਟਲੀ ਉਹਦਾ ਹੱਕ ਬਣਦਾ ਪੁੱਛੂਗਾ। ਅਤੇ ਇਹਨਾਂ ਲੋਕਾਂ ਨੇ ਜਿਹੜਾ ਇਹ ਇੱਥੇ ਜਿਹੜੇ ਸਾਡੇ ਪ੍ਰਧਾਨ ਸਾਹਿਬ ਹੋਰਾਂ 'ਤੇ, ਇਹਨਾਂ 'ਤੇ ਜਿਹੜਾ ਇਹੋ ਜਿਹਾ ਅਟੈਕ ਕੀਤਾ, ਤਾਂ ਬਹੁਤ ਮਾੜਾ ਹੈ, ਅਤੇ ਇਹਦਾ ਜਿਹੜਾ ਜਵਾਬ ਜ਼ਰੂਰ ਮਿਲੇਗਾ। ਸਰ ਅਸੀਂ ਦੇਖਦੇ ਹਾਂ ਹੁਣ ਚੋਣ ਜਾਬਤਾ ਲੱਗ ਚੁੱਕਾ, ਤਕਰੀਬਨ ਇਲੈਕਸ਼ਨ ਦੀ ਗਿਣਤੀ ਦੀ ਗਿਣੇ ਦਿਨ ਨਵੇਂ ਰਹਿ ਗਏ ਨੇ, ਫਿਰ ਵੀ ਉਸਦੇ ਬਾਅਦ ਵੀ ਟਰੱਕ ਯੂਨੀਅਨ 'ਚ ਲੜਾਈਆਂ ਹੋ ਰਹੀਆਂ ਨੇ, ਹੋਰ ਕੀ ਹੋਊਗਾ? ਦੇਖੋ ਇਹ ਜਿਹੜਾ ਮਸਲਾ, ਜਿਹੜੇ ਲੜਾਈ ਜਿਨ੍ਹਾਂ ਨੇ ਕੀਤੀ ਹੈ ਜਾਂ ਜਿਨ੍ਹਾਂ ਨੇ ਕਿਰਪਾਨਾਂ ਲੈ ਕੇ ਆਏ ਜਾਂ ਮਾਰ ਕੇ ਆਪਸ ਕੀਤਾ ਹੈ, ਅਤੇ ਉਹ ਤਾਂ ਉਹਨਾਂ ਤੋਂ ਤੁਸੀਂ ਇਸ ਗੱਲ 'ਤੇ ਪੁੱਛੋ ਵੀ ਕਿਉਂ ਇਸ ਗੱਲ ਦਾ। ਇਹਨਾਂ ਨੇ ਤਾਂ ਸਿੰਪਲ ਇੱਕ ਸਵਾਲ ਕੀਤਾ ਸੀ ਕਿ ਭਾਈ ਸਾਨੂੰ ਜਿਹੜਾ ਹਿਸਾਬ ਹੈ ਕੋਈ ਕਰੋੜਾਂ ਰੁਪਏ ਦਾ ਜਿਹੜਾ ਹੈਗਾ, ਕੋਈ ਪੈਸਾ ਲੈਣ ਦੇਣਾ, ਉਹਦਾ ਜਵਾਬ ਦਿੱਤਾ ਜਾਵੇ, ਅਤੇ ਉਹ ਕੋਈ ਮੰਗਣਾ ਮੈਨੂੰ ਨਹੀਂ ਲੱਗਦਾ ਕਿ ਕੋਈ ਗਲਤ ਗੱਲ ਹੈ ਕਿਸੇ ਦੀ। ਅਤੇ ਇਹੋ ਜਿਹੀਆਂ ਜਿਹੜੇ ਗੁੰਡਾਗਰਦੀ ਕਰਨ ਵਾਲੇ ਬੰਦੇ ਨੇ, ਉਹਨਾਂ ਨੂੰ ਕਦੇ ਵੀ ਜਿਹੜਾ ਇੱਥੇ ਅਸੀਂ ਨਹੀਂ ਕਹਾਂਗੇ ਕਿ ਇੱਥੇ ਰੱਖਣ ਦੀ ਇਜਾਜ਼ਤ ਨਹੀਂ ਹੋਊਗੀ ਇਸ ਕੰਮ 'ਚ।